ਕਿ ਇਹ ਜੋ ਮਨੁੱਖ ਜਾਮਾ ਹੈ ਇਹ ਸਾਡੇ ਮਨ ਨੂੰ ਮਿਲਿਆ ਸਿਰਫ ਅਤੇ ਸਿਰਫ ਮਾਲਕ ਨੂੰ ਮਿਲਣ ਵਾਸਤੇ। ਮਨੁੱਖ ਜਾਮਾ ਕਿਸ ਮਕਸਦ ਲਈ ਮਿਲਿਆ ਜੀ? ਮਿਲਣ ਵਾਸਤੇ। ਤੁਸੀਂ ਬਹੁਤ ਗੁਰਮੁਖਾਂ ਨੂੰ ਸੁਣਿਆ, ਲੇਕਿਨ ਸੁਣ ਕੇ ਤੁਸੀਂ ਫਿਰ ਫੈਸਲਾ ਕੀਤਾ ਕਿ ਵੀ ਇਹ ਮਨੁੱਖ ਜਾਮੇ ਦਾ ਜਿਹੜਾ ਲਾਹਾ ਹੈ ਉਹ ਪ੍ਰਭੂ ਮਿਲਾਪ ਹੈ। ਇਹ ਕਿੱਥੇ ਸਾਨੂੰ ਸੌਖਾ ਅਤੇ ਸਰਲ ਕਰਕੇ ਸਮਝਾਇਆ ਜਾ ਸਕਦਾ ਹੈ? ਆਪਾਂ ਉੱਥੇ ਚੱਲੀਏ। ਆਪਾਂ ਫੈਸਲਾ ਕੀਤਾ ਨਾ ਵੀ ਆਪਾਂ ਉੱਥੇ ਚੱਲੀਏ। ਹੁਣ ਤੁਸੀਂ ਫੈਸਲਾ ਕਰਕੇ ਮਨ ਵਿੱਚ ਸੁਣ ਕੇ ਅਤੇ ਤੁਸੀਂ ਇੱਥੇ ਗੁਰੂ ਸਰ ਕਿਉਂਕਿ ਆਉਣ ਲੱਗੇ। ਔਰ ਆਪਣਾ ਇੱਕ ਚੈਨਲ ਬਣਿਆ ਹੈ ਗੁਰਮਤ ਮੈਡੀਟੇਸ਼ਨ, ਤੁਸੀਂ ਉਹਨੂੰ ਸੁਣਨ ਲੱਗੇ, ਫਾਲੋ ਕਰਨ ਲੱਗੇ। ਔਰ ਤੁਹਾਡੇ ਮਨ ਨੇ ਕਈਆਂ ਤੋਂ ਨਹੀਂ ਆ ਕੇ ਉਹਨਾਂ ਨੇ ਘਰਾਂ ਵਿੱਚ ਸੁਣ ਕੇ ਮਨ ਨੂੰ ਮਨਾਇਆ ਕਿ ਸਾਡਾ ਮਕਸਦ ਇੱਥੇ ਪੂਰਾ ਹੋ ਸਕਦਾ, ਸਾਨੂੰ ਇੱਥੇ ਯੁਕਤੀਆਂ ਵਿਧੀਆਂ ਦੱਸੀਆਂ ਜਾ ਸਕਦੀਆਂ ਨੇ। ਹੁਣ ਆਪਾਂ ਆਉਂਦੇ ਤਾਂ ਹਾਂ ਸਿਰਫ ਅਤੇ ਸਿਰਫ ਮਾਲਕ ਨੂੰ ਮਿਲਣ ਵਾਸਤੇ, ਲੇਕਿਨ ਜਦੋਂ ਥੋੜ੍ਹਾ ਜਿਹਾ ਗਿਆਨ ਆ ਜਾਂਦਾ ਹੈ ਉਹ ਫਿਰ ਵਿੱਚ ਉਹ ਆਪਣਾ ਸ਼ੁਰੂ ਕਰ ਦਿੰਦੇ। ਠੀਕ ਨੇ? ਇਹ ਨਹੀਂ ਉਦੋਂ ਸੋਚਦੇ ਵੀ ਆਇਆ ਤਾਂ ਮੈਂ ਪ੍ਰਭੂ ਮਿਲਾਪ ਲਈ ਹਾਂ, ਮੈਂ ਆਪਦਾ ਰਸਤਾ ਪੁੱਛਾਂ, ਮਿਲਾਪ ਕਰਾਂ ਕਿ ਨਹੀਂ, ਜੇ ਕੋਈ ਰਸਤੇ 'ਚ ਰੁਕਾਵਟ ਆਉਂਦੀ ਆ ਉਹਨੂੰ ਕਿਵੇਂ ਦੂਰ ਕਰਾਂ, ਜਿਹੜੀ ਨਿਸ਼ਾਨੀ ਆਉਂਦੀ ਆ ਉਹਨੂੰ ਕਿਵੇਂ ਯਕੀਨ ਕਰਾਂ ਕਿ ਇਹ ਨਿਸ਼ਾਨੀ ਸਹੀ ਆ। ਹਾਂਜੀ, ਫਿਰ ਕਾਲ ਜਿਹੜਾ ਭੁਲੇਖੇ ਪਾਉਂਦਾ ਹੈ, ਵੰਡੀਆਂ ਪਾਉਂਦਾ ਹੈ, ਉਹਦੇ ਤੋਂ ਕਿਵੇਂ ਬਚ ਕੇ ਰਹਿਣਾ, ਉਹ ਕਿਸ ਤਰ੍ਹਾਂ ਚਾਲ ਚੱਲਦਾ ਹੈ, ਇਹ ਸਾਰਾ ਕੁਛ ਇੱਥੇ ਸਮਝਾਇਆ ਗਿਆ। ਇੱਥੋਂ ਸਮਝ ਕੇ ਫਿਰ ਤੁਹਾਨੂੰ ਕੀ ਕਿਹਾ ਗਿਆ ਵੀ ਤੁਸੀਂ ਹੁਣ ਵਰਲਡ ਦੇ ਉੱਤੇ ਫੈਲ ਜਾਓ, ਸਾਰੀ ਦੁਨੀਆ 'ਤੇ ਫੈਲ ਜਾਓ, ਜਿੱਥੋਂ ਜਿੱਥੋਂ ਤੱਕ ਤੁਹਾਡੇ ਲਿੰਕ ਨੇ, ਰਿਸ਼ਤੇਦਾਰੀਆਂ ਨੇ, ਪਿਆਰ ਆ, ਉੱਥੋਂ ਤੱਕ ਤੁਸੀਂ ਮਾਲਕ ਦੀ ਗੱਲ ਕਰੋ ਵੀ ਭਾਈ ਇਹ ਮਨੁੱਖ ਜਾਮੇ ਦਾ ਲਾਹਾ ਖੱਟ ਲਈਏ, ਹੋਰ ਗੱਲਾਂ ਵਿੱਚ ਕੁਛ ਨਹੀਂ ਰੱਖਿਆ, ਕਿਸੇ ਦੀਆਂ ਕਮੀਆਂ ਲੱਭਣੀਆਂ ਹੈ ਨਾ, ਉਹਦੇ 'ਚ ਕੁਛ ਨਹੀਂ ਰੱਖਿਆ। ਇੱਕ ਗੱਲ ਕਿਉਂ ਨਹੀਂ ਸਮਝੇ ਆਪਾਂ ਜੋ ਸਾਡਾ ਗੁਰੂ ਕਹਿ ਰਿਹਾ ਜ਼ੋਰ ਦੇ ਕੇ? ਇਹਦਾ ਮਤਲਬ ਕਿ ਗੁਰਬਾਣੀ ਨੂੰ ਨਹੀਂ ਮੰਨਦੇ ਆਪਾਂ। ਹਾਂਜੀ, ਜੇ ਗੁਰਬਾਣੀ ਗੁਰੂ ਨੂੰ ਮੰਨਦੇ ਹੋਈਏ ਤਾਂ ਸਾਰੇ ਇਹ ਕਹੀਏ ਵੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਪਰਮਤ ਨਾਨਕ, ਸਾਰੇ ਹੀ ਆਪਣੇ ਆਪ ਨੂੰ ਚੰਗਾ ਸਮਝਦੇ ਨੇ। ਠੀਕ ਨਹੀਂ? ਪਰ ਕਦੀ ਕਿਸੇ ਨੇ ਕਿਹਾ ਵੀ ਮੈਂ ਨਹੀਂ ਚੰਗਾ, ਸਾਰੇ ਮੇਰੇ ਤੋਂ ਚੰਗੇ ਨੇ? ਕਿਉਂ? ਕਿਉਂਕਿ ਉਹ ਜਿਹੜੀ ਹਉਮੈ ਆ ਉਹ ਇਹ ਹੋਣ ਨਹੀਂ ਦਿੰਦੀ। ਕਾਲ ਦੇ ਪੰਜਾਂ ਸਰਦਾਰਾਂ 'ਚੋਂ ਜਿਹੜੀ ਹਉਮੈ ਆ ਨਾ ਉਹ ਨੀਵੀਂ ਨਹੀਂ ਪਾਉਣ ਦਿੰਦੀ, ਉਹ ਸਹਿਜ ਨਹੀਂ ਜਾਣ ਦਿੰਦੀ, ਉਹਨੇ ਬਸ ਮੈਂ ਹੀ ਹਾਂ, ਹੈ ਨਾ। ਇਸ ਕਰਕੇ ਗੁਰਬਾਣੀ ਦੇ ਵਿੱਚ ਹੋਰ ਵੀ ਭੇਜ ਦਿੱਤਾ ਗਿਆ, ਕਹਿੰਦੇ ਤੁਸੀਂ ਕਦੀ ਵੀ ਕਿਸੇ ਦੀ ਚੁਗਲੀ ਨਿੰਦਿਆ ਨਾ ਕਰੋ। ਚੁਗਲੀ ਨਿੰਦਿਆ ਦੇ ਵਿੱਚ ਸਾਡਾ ਨੁਕਸਾਨ ਜ਼ਿਆਦਾ ਹੁੰਦਾ ਸਵਾਸਾਂ ਦਾ। ਕਦਾ ਨੁਕਸਾਨ ਹੁੰਦਾ ਜੀ? ਸਵਾਸਾਂ ਰੂਪੀ ਪੂੰਜੀ ਦਾ ਨੁਕਸਾਨ ਜ਼ਿਆਦਾ ਹੁੰਦਾ। ਇਸ ਕਰਕੇ ਗੁਰਬਾਣੀ ਦੇ ਵਿੱਚ ਵਰਜਿਆ ਗਿਆ ਹੈ ਸਾਨੂੰ ਵੀ ਤੁਸੀਂ ਚੁਗਲੀ ਨਿੰਦਿਆ ਨਾ ਕਰੋ। ਜੇ ਚੁਗਲੀ ਨਿੰਦਿਆ ਕਰਾਂਗੇ ਤਾਂ ਸਮਝ ਲਓ ਆਪਾਂ ਇਹ ਕਹਿੰਦੇ ਹਾਂ ਮਾਲਕ ਨੂੰ ਵੀ ਮੇਰਾ ਮੂੰਹ ਕਾਲਾ ਕਰਕੇ ਨਰਕਾਂ 'ਚ ਸਿੱਟ ਦਿੱਤਾ ਜਾਵੇ। ਪੜ੍ਹਦੇ ਹਾਂ ਨਾ, ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਨ ਮੂੰਹ ਕਾਲੇ ਤਿੰਨਾਂ ਨਿੰਦਕਾਂ ਨਰਕੇ ਘੋਰ ਪਵਨ।
ਮੰਨਿਆ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ, ਨਿੰਦਿਆ ਚੁਗਲੀ ਹੁਣ ਵੀ ਕਰਦੇ ਹਾਂ, ਚਸਕਾ ਲੈ ਕੇ ਗੱਲਾਂ ਕਰਦੇ ਹਾਂ, ਕਿਸੇ ਦੀਆਂ ਗੱਲਾਂ ਬਣਾਉਂਦੇ ਹਾਂ, ਹੈ ਨਾ, ਤੂਮਤਾਂ ਲਾਉਂਦੇ ਹਾਂ, ਵੀ ਕੁਛ ਕਰਦੇ ਹਾਂ। ਕਦੀ ਆਪਦੇ ਅੰਦਰ ਨਿਗਾਹ ਮਾਰੀ ਕਿ ਮੈਂ ਕਿੱਥੇ ਖੜਾਂ, ਦੂਸਰੇ ਵੱਲ ਤਾਂ ਦੇਖਦੇ ਹਾਂ, ਕਦੀ ਆਪਦੇ ਅੰਦਰ ਪੀੜ੍ਹੀ ਥੱਲੇ ਵੀ ਸੋਟਾ ਮਾਰ ਕੇ ਦੇਖੋ, ਹਾਂਜੀ, ਵੀ ਮੈਂ ਕਿੱਥੇ ਖੜਾਂ। ਫਿਰ ਬੰਦਾ ਗੱਲ ਕਰੇ, ਹਾਂਜੀ, ਦਾਅਵੇ ਨਾਲ, ਅਤੇ ਫਿਰ ਅੱਗੇ ਨਾਮ ਜਪਣ ਲੱਗੇ ਹਾਂ ਸ਼ਰਮ ਮੰਨਦੇ ਹਾਂ। ਜੇ ਹਜੇ ਵੀ ਸ਼ਰਮ ਮੰਨਦੇ ਹਾਂ ਤਾਂ ਇਹਦਾ ਮਤਲਬ ਕਿ ਗੁਰੂ ਦੀ ਗੱਲ ਨਹੀਂ ਮੰਨੀ, ਕਿ ਗੁਰੂ ਤਾਂ ਕਹਿੰਦਾ ਵੀ ਜੇ ਸ਼ਰਮ ਮੰਨੋਗੇ ਤਾਂ ਤੁਸੀਂ ਮਾਲਕ ਨੂੰ ਮਿਲ ਨਹੀਂ ਸਕਦੇ, ਅਤੇ ਮਾਲਕ ਨੂੰ ਮਿਲ ਕੇ ਪਰਮ ਪਦਵੀ ਮਿਲਣੀ ਹੈ, ਅਤੇ ਪਰਮ ਪਦਵੀ ਤੁਸੀਂ ਪਾ ਨਹੀਂ ਸਕਦੇ ਜੇ ਅਸੀਂ ਸ਼ਰਮ ਮੰਨਾਂਗੇ। ਅਤੇ ਸ਼ਰਮ ਨੂੰ ਕਹਿੰਦੇ ਲਾਜ, ਕੀ ਕਹਿੰਦੇ, ਕਹਿੰਦੇ ਲਾਜ ਮਰੇ ਜੋ ਨਾਮ ਨਾ ਲੇਵੇ, ਨਾਮ ਬਿਹੋਣ ਸੁਖੀ ਕਿਉਂ ਸੋਵੇ, ਹਰ ਸਿਮਰਨ ਸਾਡ ਪਰਮਗਤ ਚਾਹੇ, ਮੂਲ ਬਿਨਾ ਸ਼ਾਕਾ ਕਰਦਾ ਹੈ। ਇਹ ਵੀ ਨਹੀਂ ਛੱਡਿਆ, ਉਹ ਨਾਲ ਦਾ ਕੀ ਕਹੇਗਾ, ਜੇ ਮੈਂ ਘਰ ਉੱਚੀ ਵਾਹਿਗੁਰੂ ਬੋਲਾਂਗਾ ਗੁਆਂਢੀ ਕੀ ਕਹੇਗਾ, ਇਹ ਕੀ ਆ, ਸ਼ਰਮ, ਲਾਜ ਆ ਗਈ, ਲੋਕ ਲੱਜਾ ਆ ਗਈ, ਅਤੇ ਲੋਕ ਲੱਜਾ ਵਾਲਾ ਪਰਮ ਪਦ ਵੀ ਨਹੀਂ ਪਾ ਸਕਦਾ। ਅਤੇ ਫਿਰ ਹਉਮੈ, ਕੀ ਜੀ, ਹਉਮੈ, ਹਉਮੈ ਆ ਗਈ ਕਿ ਮੇਰੇ ਵਰਗਾ ਕੋਈ ਸੋਹਣਾ ਨਹੀਂ, ਮੇਰੇ ਜਿੰਨੀ ਕਿਸੇ ਕੋਲ ਜ਼ਮੀਨ ਨਹੀਂ, ਮੇਰੇ ਜਿੰਨੇ ਕਿਸੇ ਕੋਲ ਧਨ ਦੌਲਤ ਨਹੀਂ, ਮੇਰੇ ਵਰਗੀ ਕੋਈ ਕਥਾ ਨਹੀਂ ਕਰ ਸਕਦਾ, ਮੇਰੇ ਵਰਗਾ ਕੋਈ ਕੀਰਤਨ ਨਹੀਂ ਕਰ ਸਕਦਾ, ਮੇਰੇ ਵਰਗਾ ਕੋਈ ਖਿਡਾਰੀ ਨਹੀਂ ਹੈ ਕਬੱਡੀ ਦਾ ਕਿਸੇ ਵੀ ਗੇਮ ਵਿੱਚ, ਉਹ ਕੀ ਆ, ਹਉਮੈ। ਅਤੇ ਹਉਮੈ ਮਾਲਕ ਤੋੜ ਦਿੰਦਾ, ਹੈਨੀ, ਮਹਾਰਾਜ ਦੀ ਬਾਣੀ 'ਚ ਵੀ ਆਪਾਂ ਪੜ੍ਹਦੇ ਹਾਂ, ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਗਲੇ, ਅਤੇ ਗਰਭ ਦੇ ਵਿੱਚ ਹੀ ਗਾਲ ਦਿੰਦਾ ਫਿਰ ਵੱਡੇ ਵੱਡੇ ਹੰਕਾਰੀਆਂ ਨੂੰ ਜਿਹੜੀ ਹਉਮੈ ਕਰਦੇ ਆ। ਅਤੇ ਇਹ ਵੀ ਨਹੀਂ ਛੱਡੀ, ਅਤੇ ਜੇ ਛੱਡੀ ਆ ਤਾਂ ਫਿਰ ਠੀਕ ਹੈ, ਜੇ ਨਹੀਂ ਛੱਡੀ ਤਾਂ ਫਿਰ ਉਹ ਮਹਾਰਾਜ ਦੀ ਬਾਣੀ ਸਾਹਮਣੇ ਪਈ ਆ। ਆਪਾਂ ਸਾਰੇ ਮਹਾਰਾਜ ਦੀ ਬਾਣੀ ਨੂੰ ਵਿਚਾਰਦੇ ਹਾਂ, ਤੁਸੀਂ ਆਉਂਦੇ ਹੋ, ਮਾਲਕ ਦਾ ਇੱਕ ਬੱਚਾ ਵਿਚਾਰ ਕਰਦਾ, ਫਿਰ ਨਵੇਂ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ, ਉਹਨਾਂ ਨੂੰ ਇੱਥੇ 15-15 ਮਿੰਟ ਦਿੱਤੇ ਜਾਂਦੇ ਆ, ਉਹਨਾਂ ਨੂੰ ਸੁਣਦੇ ਹਾਂ ਆਪਾਂ ਸਾਰੇ ਜਾਣੇ, ਵੀ ਫਿਰ ਆਪਾਂ ਵਿਚਾਰ ਕਰਦੇ ਹਾਂ ਵੀ ਹਾਂ ਇਹ ਬੱਚੇ ਨੇ ਕਿਵੇਂ ਵਿਚਾਰ ਕੀਤੀ, ਅਕਥ ਕਹਾਣੀ ਤੋਂ ਬਾਹਰ ਗਿਆ ਜਾਂ ਅਕਥ ਕਹਾਣੀ ਕੀਤੀ। ਅਤੇ ਜੇ ਉਹਨੇ ਅਕਥ ਕਹਾਣੀ ਕੀਤੀ ਤਾਂ ਫਿਰ ਉਹਨੂੰ ਸ਼ਾਬਾਸ਼ ਦਿੰਦੇ ਹਾਂ, ਕਹੀਦਾ ਪੁੱਤ ਹੁਣ ਤੂੰ ਆਪਦੀ ਡਿਊਟੀ ਸਮਝ ਕੇ, ਮਾਲਕ ਵੱਲੋਂ ਡਿਊਟੀ ਸਮਝ ਕੇ ਕਰ, ਪ੍ਰਚਾਰ ਕਰ। ਅਤੇ ਅਕਥ ਕਹਾਣੀ ਕਰਨੀ ਆ, ਹੋਰ ਦੁਨੀਆਂ ਦੀ ਕੋਈ ਗੱਲ ਨਹੀਂ ਕਰਨੀ। ਜਿਵੇਂ ਹੁਣ ਤੁਸੀਂ ਇੱਥੇ ਆਉਂਦੇ ਹੋ, ਇੱਥੋਂ ਗੇਟ ਤੋਂ ਤਾਂ ਨਹੀਂ, ਮੈਂ ਤਾਂ ਉਹ ਸੜਕ ਤੋਂ ਕਹੂੰਗਾ ਵੀ ਇੱਧਰ ਨੂੰ ਜਦੋਂ ਗੱਡੀ ਮੁੜੀ, ਆਟੋ ਮੁੜਿਆ, ਮੋਟਰਸਾਈਕਲ ਮੁੜਿਆ, ਘਰ ਦੀਆਂ ਗੱਲਾਂ ਪਿੱਛੇ ਛੱਡ ਦਿਓ। ਇੱਥੇ ਕੀ ਸਿੱਖਣ ਆਇਆ, ਪ੍ਰਭੂ ਨੂੰ ਮਿਲਣ ਵਾਸਤੇ ਰਸਤਾ ਸਿੱਖਣ ਆਇਆ, ਵੀ ਉਹ ਰਸਤਾ ਕਿਹੜਾ, ਉਹ ਰਸਤੇ 'ਤੇ ਚੱਲਣਾ ਸਿੱਖਣ ਆਏ ਹਾਂ ਵੀ ਕਿਵੇਂ ਚੱਲਿਆ ਜਾਵੇ, ਅਤੇ ਸਿਰਫ ਅਕਾਲ ਪੁਰਖ ਨਾਲ ਮਿਲਾਪ ਕਰਨਾ, ਉਹਦੇ ਲਈ ਤੁਸੀਂ ਸਮਾਂ ਕੱਢ ਦਿਓ। ਜਿਹੜੇ ਨਹੀਂ ਆ ਸਕਦੇ ਉਹ ਲਾਈਵ ਦੇਖ ਲੈਂਦੇ ਨੇ, ਉਹ ਵੀ ਸਮਾਂ ਕੱਢ ਰਹੇ ਨੇ ਘਰ ਬੈਠੇ। ਅਤੇ ਸਾਰਿਆਂ ਨੂੰ ਪਤਾ, ਜਿੰਨੇ ਵੀ ਗੁਰਮੁਖ ਵਿਚਾਰ ਸੁਣਦੇ ਨੇ, ਵੀ ਇਸ ਧਰਤੀ ਦੇ ਉੱਤੇ, ਗੁਰੂ ਸਰ ਕੌਂਕਿਆਂ ਦੀ ਧਰਤੀ ਦੇ ਉੱਤੇ, ਸਿਰਫ ਅਤੇ ਸਿਰਫ ਮਾਲਕ ਦੀ ਗੱਲ ਹੁੰਦੀ ਆ, ਕਿਸੇ ਵਿਸ਼ੇਸ਼ ਵਿਅਕਤੀ ਦੀ ਗੱਲ ਨਹੀਂ ਹੁੰਦੀ, ਕਿਸੇ ਵਿਅਕਤੀ ਦੀ ਗੱਲ ਨਹੀਂ ਹੁੰਦੀ। ਹਾਂ, ਆਪਣੇ ਉਸਤਾਦ ਦੀ ਗੱਲ ਜ਼ਰੂਰ ਕਰਦੇ ਹਾਂ, ਉਸ ਐਂਡ 'ਤੇ ਜਾ ਕੇ 2 ਮਿੰਟ ਰੱਖਦੇ ਹਾਂ, ਵੀ ਜੇ ਉਸਤਾਦ ਨਾ ਚੰਡ ਕੇ ਜਾਂਦਾ
ਅਤੇ ਅੱਜ ਆਪਾਂ ਇੱਥੇ ਬੋਲਣਾ ਸੀ, ਇੱਥੇ ਹੋਣਾ ਹੀ ਨਹੀਂ ਸੀ ਆਪਾਂ, ਤੁਸੀਂ ਕਿਤੇ ਹੋਰ ਹੋਣਾ ਸੀ, ਮੈਂ ਕਿਤੇ ਹੋਰ ਹੋਣਾ ਸੀ, ਠੀਕ ਹੈ ਨਾ ਜੀ। ਅਤੇ ਜੇ ਉਸਤਾਦ ਨੇ ਐਨ ਇੱਕ ਕਹਾਵਤ ਹੈ, ਧੀ ਪੁੱਤ ਅਤੇ ਰੰਬਾ, ਰੰਬਾ ਸਮਝਦੇ ਨਾ, ਜਿਹਦੇ ਨਾਲ ਗੋਡੀ ਕਰਦੇ ਆ, ਘਾਹ ਖੋਤਦੇ ਆ, ਧੀ ਪੁੱਤ ਅਤੇ ਰੰਬਾ ਚੰਡੇ ਹੀ ਕੰਮ ਦਿੰਦੇ ਨੇ। ਜਿਹਨਾਂ ਨੂੰ ਧੀ ਪੁੱਤ ਨੂੰ ਚੰਡਿਆ ਹੋਊਗਾ, ਗਿਆਨ ਦਿੱਤਾ ਹੋਊਗਾ, ਪੁੱਤ ਐਂ ਨਹੀਂ ਹੈ, ਕੰਮ ਕਰਾਇਆ ਹੋਊਗਾ, ਉਹ ਜ਼ਿੰਦਗੀ 'ਚ ਬੱਚਾ ਡੋਲਦਾ ਨਹੀਂ। ਇਸੇ ਤਰ੍ਹਾਂ ਮੈਨੂੰ ਵੀ ਮੇਰੇ ਉਸਤਾਦ ਨੇ ਚੰਡਿਆ, ਮੈਂ ਉਹਨਾਂ ਦੇ ਬਚਨਾਂ ਨੂੰ ਸੱਤ ਕਰਕੇ ਮੰਨਿਆ। ਕਿੱਥੋਂ ਤੱਕ ਮੰਨਿਆ? ਜੇ ਉਹਨਾਂ ਨੇ ਕਿਹਾ ਵੀ ਪੁੱਤ ਹੁਣ ਦਿਨ ਨਹੀਂ, ਹੁਣ ਰਾਤ ਹੈ, ਜੇ ਉਹਨਾਂ ਨੇ ਰਾਤ ਨੂੰ ਕਿਹਾ ਵੀ ਹੁਣ ਦਿਨ ਹੈ, ਤਾਂ ਆਪਾਂ ਕਿਹਾ ਜੀ ਦਿਨ ਹੈ। ਪਿਆਰ ਕੀਤਾ, ਇੱਜ਼ਤ ਦਿੱਤੀ, ਰਿਸਪੈਕਟ ਕੀਤੀ, ਤਾਂ ਉਹਨਾਂ ਨੇ ਕੁਛ ਨਹੀਂ ਲੁਕੋਇਆ। 15 ਸਾਲ ਥੋੜ੍ਹੇ ਨਹੀਂ ਹੁੰਦੇ ਗੁਰਮੁਖੋ, ਅੱਧੀ ਜ਼ਿੰਦਗੀ ਲੱਗ ਗਈ। 15 ਸਾਲ ਸੌਂ ਕੇ ਕੱਢੇ, 15 ਸਾਲ ਦਿਨ ਕੱਢੇ, 30 ਹੋ ਗਏ ਕਿੰਨੇ ਜੀ, ਅੱਧੀ ਲਾਈਫ ਚਲੀ ਗਈ। ਅਤੇ ਕੋਈ ਬੰਦਾ ਕੋਈ ਸਮਾਂ ਕੱਢਦਾ? ਜੇ ਤੜਫ ਸੀ, ਮਾਲਕ ਨੂੰ ਮਿਲਣ ਦੀ ਚਾਹਣਾ ਸੀ, ਬਰਾਗ ਸੀ ਕਿ ਸੱਚੇ ਪਾਤਸ਼ਾਹ ਜੇ ਤੂੰ ਹੈਗਾ ਤਾਂ ਫਿਰ ਮਿਲ ਮੈਨੂੰ। ਉਹ ਲੱਭਦਾ ਰਿਹਾ ਮੈਂ ਸੰਤਾਂ ਮਹਾਂਪੁਰਸ਼ਾਂ ਨੂੰ, ਬੜਿਆ ਮੈਂ ਮੋਟਰਸਾਈਕਲ ਗੱਡੀ ਘੁਮਾਈ, ਫਿਰ ਇੱਕ ਸਮੇਂ 'ਤੇ ਆਣ ਕੇ ਮੈਨੂੰ ਲੱਭਿਆ। ਜਦੋਂ ਲੱਭਿਆ ਫਿਰ ਮੈਂ 2 ਬੇੜੀਆਂ 'ਚ ਪੈਰ ਨਹੀਂ ਰੱਖਿਆ, ਫਿਰ ਮੈਂ ਇੱਕੋ ਬੇੜੀ ਦੇ ਵਿੱਚ ਸਫ਼ਰ ਕੀਤਾ, ਅਤੇ ਮਾਲਕ ਨੇ ਆਪਾਂ ਨੂੰ ਟਿਕਾਣੇ ਲਾਇਆ, ਚੱਪੂ ਲਾਇਆ, ਟਿਕਾਣੇ ਲੱਗੇ। ਅਤੇ ਜੇ ਲੱਗੇ ਤਾਂ ਤੁਹਾਨੂੰ ਵੀ ਕੁਛ ਲੁਕੋਇਆ ਨਹੀਂ, ਤੁਹਾਡੇ ਤੋਂ ਜਿੰਨੇ ਤੁਸੀਂ ਆਉਂਦੇ ਹੋ ਸਾਰਿਆਂ ਨੂੰ ਵਿਧੀਆਂ ਦੱਸੀਆਂ ਜੀ, ਜੁਗਤੀਆਂ ਦੱਸੀਆਂ। ਜਿਨ੍ਹਾਂ ਨੇ ਉਹ ਜੁਗਤੀਆਂ ਨੂੰ ਮੰਨ ਕੇ ਮਿਹਨਤ ਕੀਤੀ, ਉਹ ਸੁੰਨ 'ਚ ਜਾਣ ਲੱਗ ਗਏ, ਉਹਨਾਂ ਨੂੰ ਸੁੰਨ ਵਿੱਚ ਗੁਰਮੁਖ ਮਿਲਦੇ ਆ। ਜਿਹਨੇ ਵਿਧੀ ਜੁਗਤੀ ਸਿੱਖ ਕੇ ਜੁਗਤੀ ਵਿਧੀ ਲਾਈ ਨਹੀਂ, ਮਿਹਨਤ ਕੀਤੀ ਨਹੀਂ, ਉਹ ਤਾਂ ਫਿਰ ਬਾਹਰਮੁਖੀ ਰਹੇਗਾ ਨਾ, ਉਹਨੂੰ ਫਿਰ ਅੰਦਰਲੀ ਗੱਲ ਦਾ ਤਾਂ ਪਤਾ ਨਹੀਂ ਲੱਗੇਗਾ। ਇਸ ਕਰਕੇ ਆਪਾਂ ਜ਼ੋਰ ਦੇ ਕੇ ਕਹਿੰਦੇ ਹਾਂ, ਗੁਰਮੁਖੋ ਜੋ ਵਿਧੀ ਦੱਸੀ ਜਾਂਦੀ ਹੈ ਉਹਨੂੰ ਪਹਿਲਾਂ ਫੈਸਲਾ ਕਰੋ, ਆਉਣ ਤੋਂ ਪਹਿਲਾਂ ਵੀ ਇੱਥੇ ਜਾ ਕੇ ਕੁਛ ਪ੍ਰਾਪਤੀ ਹੁੰਦੀ ਕਿ ਨਹੀਂ ਹੁੰਦੀ। ਫੈਸਲਾ ਲੈ ਕੇ ਜਦੋਂ ਤੁਸੀਂ ਆ ਗਏ, ਫਿਰ ਯਕੀਨ ਕਰਕੇ ਵਿਧੀ ਤਾਂ ਲਾ ਕੇ ਦੇਖੋ ਨਾ, ਜੇ ਵਿਧੀ ਲਾਓਗੇ ਕੋਈ ਨਾ ਕੋਈ ਪ੍ਰਾਪਤੀ, ਮਹਾਰਾਜ ਦੀ ਬਾਣੀ ਗੁਰੂ ਕਹਿੰਦੇ ਵੀ ਪ੍ਰਾਪਤੀ ਹੋਏਗੀ ਹੋਏਗੀ, ਵੀ ਇਸ ਤਰ੍ਹਾਂ ਕਰੋ, ਅਤੇ ਇਸ ਤਰ੍ਹਾਂ ਕੁਛ ਨਾ ਕੋਈ ਪ੍ਰਾਪਤੀ ਹੁੰਦੀ ਹੈ। ਅਤੇ ਜਦੋਂ ਕੋਈ ਪ੍ਰਾਪਤੀ ਹੁੰਦੀ ਹੈ ਫਿਰ ਬੋਲਣ ਨੂੰ ਕੋਈ ਗੱਲ ਰਹਿ ਨਹੀਂ ਜਾਂਦੀ, ਫਿਰ ਬੋਲਣ ਨੂੰ ਕੋਈ ਗੱਲ ਰਹਿ ਨਹੀਂ ਜਾਂਦੀ। ਅਤੇ ਜੇ ਪ੍ਰਾਪਤੀ ਨਹੀਂ ਹੋਈ, ਉਹਨੂੰ ਅਡੋਪਟ ਕੀਤਾ ਹੀ ਨਹੀਂ, ਅੰਤਰਗਤ ਉਤਰੇ ਹੀ ਨਹੀਂ, ਹੈ ਨਾ, ਅਤੇ ਫਿਰ ਤਾਂ ਆਪਾਂ ਉਹ ਗੱਲਾਂ ਹੀ ਕਰਾਂਗੇ ਬਾਹਰਮੁਖੀ, ਫਿਰ ਬਾਹਰਮੁਖੀ ਵਾਦ ਵਿਵਾਦ ਖੜ੍ਹਾ ਹੋ ਜਾਂਦਾ। ਹੁਣ ਸਾਡੇ ਲਈ ਕੋਈ ਕੁਛ ਕੋਈ ਕੁਛ, ਪਰ ਅਸੀਂ ਕਦੀ ਕਿਸੇ ਨੂੰ ਮਾੜਾ ਨਹੀਂ ਕਹਿੰਦੇ। ਜਿਹੜੇ ਸਾਨੂੰ ਕਹਿੰਦੇ ਨੇ, ਅਸੀਂ ਤਾਂ ਉਹਨਾਂ ਦਾ ਹੁਣ ਵੀ ਕਹਿੰਦੇ ਹਾਂ ਵੀ ਮਹਾਰਾਜ ਇਹਨਾਂ ਦਾ ਵੀ ਤੂੰ ਹਜੇ ਵੀ ਭਲਾ ਕਰ, ਇਹਨਾਂ ਨੂੰ ਵੀ ਸਮਾਤ ਆ ਜੇ। ਬਹੁਤ ਕੁਛ ਆ ਜਿਹੜੇ ਦੁਨੀਆਂ ਦੇ ਉੱਤੇ ਉਲਟ ਵੀ ਹੁੰਦੇ ਨੇ, ਲੋਕ ਕਈ ਜਾਣਦੇ ਨਹੀਂ ਪਛਾਣਦੇ ਨੇ, ਉਲਟ ਹੋ ਜਾਂਦੇ ਨੇ, ਹੈ ਨਾ। ਸਵਾਦਾਂ 'ਚ ਸਾਹਮਣੇ ਆਣ ਕੇ ਗੱਲ ਕਰੇ, ਪਿੱਠ ਪਿੱਛੇ ਤਾਂ ਕੋਈ ਵੀ ਕਰ ਸਕਦਾ। ਇੱਥੇ ਆਪਣੇ ਗੁਰਮੁਖ ਬੈਠੇ ਨੇ, ਇਹਨਾਂ ਕੋਲ ਕਿਸੇ ਨੇ ਗੱਲ ਕੀਤੀ ਆਪਣੇ ਪਿੰਡੋਂ, ਅਤੇ ਇਹਨਾਂ ਨੇ ਫਿਰ ਠੋਕ ਕੇ ਕਿਹਾ, ਕਹਿੰਦੇ ਜੋ ਤੁਹਾਨੂੰ ਪਤਾ ਹੀ ਨਹੀਂ ਫਿਰ ਗੱਲ ਕਾਹਤੋਂ ਕਰਦੇ, ਠੀਕ ਹੈ ਨਹੀਂ। ਬੜਾ ਮਨ ਖੁਸ਼ ਹੋਇਆ ਵੀ ਠੀਕ ਆ, ਵੀ ਬੱਚੇ ਨੇ ਜਵਾਬ ਤਾਂ ਦਿੱਤਾ ਨਾ, ਹੈ ਨਾ, ਡਰ ਤਾਂ ਨਹੀਂ ਮੰਨਿਆ ਹੁੰਦਾ। ਇਸੇ ਤਰ੍ਹਾਂ ਕਿਉਂਕਿ ਉਹਨੇ ਇੱਥੇ ਆ ਕੇ ਰਹਿ ਕੇ ਵਿਚਰ ਕੇ ਦੇਖਿਆ ਵੀ ਇੱਥੇ ਤਾਂ ਗੱਲ ਹੀ ਕੁਛ ਹੋਰ ਆ, ਇੱਥੇ ਤਾਂ ਕਦੀ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕੋਈ ਕਰਦਾ, ਇੱਥੇ ਤਾਂ ਕੋਈ ਕਿਸੇ ਨੂੰ ਇਹ ਨਹੀਂ ਕਿਹਾ ਜਾਂਦਾ ਕਮੇਟੀਆਂ ਪਾਓ, ਇੱਥੇ ਇਹ ਨਹੀਂ ਕਿਹਾ ਜਾਂਦਾ ਵੀ ਤੁਸੀਂ ਇੱਥੇ ਪਲਾਟ ਲਓ, ਕਹਿੰਦੇ ਜੀ ਐਂ ਕਰ ਲਓ ਐਂ ਕਰ ਲਓ, ਨਾ,
ਇੱਥੇ ਤਾਂ ਸਿਰਫ ਇੱਕੋ ਗੱਲ ਕਹੀ ਜਾਂਦੀ ਹੈ, ਮਾਲਕ ਨੂੰ ਮਿਲਣਾ ਤਾਂ ਆਹ ਚੀਜ਼ਾਂ ਛੱਡ ਦਿਓ, ਅਤੇ ਜੇ ਛੱਡਾਂਗੇ, ਜੇ ਛੱਡੀਆਂ ਸੀ ਤਾਂ ਅੱਜ ਕਿਰਪਾ, ਅਤੇ ਜੇ ਤੁਹਾਨੂੰ ਕਹਾਂਗੇ ਛੱਡੋ ਤਾਂ ਕਿਰਪਾ ਹੋਏਗੀ ਹੋਏਗੀ, ਅਤੇ ਜੇ ਹੁਣ ਤੁਹਾਨੂੰ ਕਹਾਂਗੇ ਨਾ ਛੱਡੋ, ਹੈ ਨਾ, ਕਰੀ ਚੱਲੋ ਜਿਵੇਂ ਮਰਜ਼ੀ, ਤਾਂ ਫਿਰ ਕਿਰਪਾ ਨਹੀਂ ਹੋਣੀ। ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਜੋ ਦੱਸਿਆ ਹੈ, ਪ੍ਰਭ ਮਿਲਣੇ ਕਾ ਚਾਹੋ, ਉਹ ਫਿਰ ਚਾਹੋ ਪ੍ਰਭ ਮਿਲਣੇ ਦਾ ਮਿਲਾਪ ਨਹੀਂ ਹੋਣਾ। ਅਤੇ ਜੇ ਗੁਰਬਾਣੀ ਵਿੱਚ ਦੱਸਿਆ ਪ੍ਰਭ ਮਿਲਣਗੇ ਚਾਓ ਦੇ ਲਈ ਬਰਾਗ ਹੋਣਾ ਚਾਹੀਦਾ, ਫਿਰ ਬਰਾਗ ਨਹੀਂ ਆਉਣਾ, ਕਿਉਂਕਿ ਬਾਹਰ ਮੁਖੀ ਕਮੇਟੀਆਂ ਪਾਉਣ ਲੱਗ ਗਏ, ਪਲਾਟ ਖਰੀਦਣ ਲੱਗ ਗਏ, ਹੋਰ ਚੀਜ਼ਾਂ ਖਰੀਦਣ ਲੱਗ ਗਏ, ਫਿਰ ਮਾਲਕ ਨਾਲ ਤਾਂ ਪਿਆਰ ਰਿਹਾ ਹੀ ਨਾ, ਅਤੇ ਆਏ ਸੀ ਮਾਲਕ ਨੂੰ ਮਿਲਣ ਵਾਸਤੇ। ਇਸ ਕਰਕੇ ਦੁਨਿਆਵੀ ਮਕਸਦ ਛੱਡ ਕੇ ਕੋਈ ਕਮੇਟੀ ਨਹੀਂ, ਆਪਾਂ ਇੱਥੇ ਸਾਰਿਆਂ ਨੂੰ ਮਨ੍ਹਾ ਕੀਤਾ, ਕਿਸੇ ਨੇ ਕੋਈ ਕਮੇਟੀ ਨਹੀਂ ਪਾਉਣੀ, ਇੱਥੇ ਏਜੰਟ ਵੀ ਆਉਣਗੇ, ਮੈਂ ਬਾਹਰ ਭੇਜਦਾ ਜੀ, ਪੈਸੇ ਬਾਅਦ 'ਚ ਲਊਂਗਾ, ਫਿਰ ਥੋੜ੍ਹੀ ਦੇਰ ਬਾਅਦ ਕਹਿੰਦਾ ਜੀ ਲੱਖ ਰੁਪਈਆ ਪਹਿਲਾਂ ਦੇ ਦਿਓ, ਉਹ ਬਾਹਰ ਭੇਜਦਾ ਨਹੀਂ ਅਤੇ ਸੰਗਤ ਦੇ ਫੁਰਨੇ ਬਣ ਜਾਂਦੇ, ਸੰਗਤ ਦੇ ਜਿੰਦਾ ਹੁਣ ਸਾਲ ਉਹਨੇ ਲੱਖ ਰੁਪਈਆ ਦੇ ਹੀ ਰੱਖਿਆ, ਉਹਦਾ ਕੰਮ ਨਾ ਬਣਿਆ ਅਤੇ ਉਹਦੇ ਫੁਰਨੇ ਬਣ ਗਏ, ਅਤੇ ਫੁਰਨੇ ਅਸੀਂ ਮਾਰਨੇ ਆ, ਫੁਰਨੇ ਵਧਣ ਲੱਗ ਗਏ। ਇਸ ਕਰਕੇ ਕਦੀ ਵੀ ਕਿਸੇ ਏਜੰਟ ਮਗਰ ਵੀ ਨਾ ਲੱਗੋ, ਸੰਗਤ ਵਿੱਚ ਆਉਂਦੇ ਨੇ, ਕਈ ਕਹਿੰਦੇ ਵੀ ਚਲੋ ਸੰਗਤ ਆ, ਮਹੀਨਾ ਦੋ ਮਹੀਨੇ ਛੇ ਮਹੀਨੇ ਵਾਹ ਪਾਉਣੇ ਇਹਨਾਂ ਨਾਲ, ਮੁੜ ਕੇ ਫਿਰ ਆਪਾਂ ਆਪਦਾ ਆਹ ਕੰਮ ਕਰ ਲਾਂਗੇ ਵਿੱਚੇ ਵਿੱਚ। ਇੱਥੇ ਕਦੀ ਵੀ ਕਿਸੇ ਨੂੰ ਨਹੀਂ ਕਿਹਾ ਜਾਂਦਾ, ਕਈ ਤਾਂ ਬਸ ਆਪਦੇ ਪਰਿਵਾਰ ਨਾਲ ਨੱਕ ਦੀ ਸੇਧ ਨਾਲ ਆਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਤੋਂ ਬਾਅਦ ਤੁਹਾਡੇ ਨਾਲ ਕੋਈ ਗੱਲ ਨਹੀਂ ਹੋਣੀ, ਗੁਰਬਾਣੀ ਦੇ ਮੁਤਾਬਕ ਤੁਹਾਨੂੰ ਸੈਟਿਸਫਾਈ ਕੀਤਾ ਜਾਏਗਾ, ਨੱਕ ਦੀ ਸੇਧ ਨਾਲ ਆਪਦੇ ਪਰਿਵਾਰ ਨਾਲ ਵਾਪਸ ਆਪਦੇ ਘਰੇ ਚਲੇ ਜਾਓ, ਸਿੱਖੋ, ਫਿਰ ਆਓ, ਪਰਿਵਾਰ ਸਾਰਾ ਆਓ, ਸਿੱਖੋ, ਸਮਝੋ, ਫਿਰ ਸਮਝ ਕੇ ਫਿਰ ਚਲੇ ਜਾਓ। ਫਿਰ ਜੇ ਕੋਈ ਤੁਹਾਨੂੰ ਲੱਗਦਾ ਕਿ ਹਜੇ ਕਮੀ ਹੈ, ਕੋਈ ਹੋਰ ਰਹਿੰਦਾ ਪੁੱਛਣ ਵਾਲਾ, ਫੋਨ 'ਤੇ ਪੁੱਛ ਲਓ, ਜੇ ਆ ਕੇ ਇੱਛਾ ਪੁੱਛਣ ਦੀ ਫਿਰ ਆ ਜਾਓ। ਹਾਂਜੀ, ਇਸ ਕਰਕੇ ਗੁਰਮੁਖ ਪਿਆਰਿਓ, ਭੁਲੇਖਿਆਂ ਵਿੱਚ ਨਹੀਂ ਰਹਿਣਾ, ਇਸ ਤਰ੍ਹਾਂ ਦੀਆਂ ਫੁਰਨੇ ਨਹੀਂ ਵਧਾਉਣੇ। ਹਾਂਜੀ, ਹਾਂ, ਕਿਸੇ ਦਾ ਭਲਾ ਹੁੰਦਾ ਜੇ ਤੁਹਾਡੀ ਕੋਈ ਪਹੁੰਚ ਕਿਸੇ ਨਾਲ ਹੈਗੀ, ਅਗਲੇ ਦਾ ਕੋਈ ਦੁਨਿਆਵੀ ਦ੍ਰਿਸ਼ਮਾਨ ਕੰਮ ਕੋਈ ਹੁੰਦਾ, ਕਹੋ ਜੀ ਹਾਂਜੀ ਉੱਥੇ ਆਪਣਾ ਸਿੰਘ ਹੈ ਜੀ, ਉਹਨੂੰ ਜਾ ਕੇ ਦੱਸ ਦਿਓ, ਉਹ ਤੁਹਾਡੀ ਮਦਦ ਕਰੇਗਾ, ਤੁਹਾਡਾ ਕੰਮ ਕਰਾ ਦੇਗਾ। ਕੋਈ ਸਰਕਾਰੀ ਦਰਬਾਰੇ ਇੱਥੇ ਲੱਗੇ ਹੋਏ ਨੇ ਅਤੇ ਭੇਜ ਦੀ ਤਾਂ ਕਹੀਦਾ ਜਾਓ ਜੀ ਆਪਣਾ ਉੱਥੇ ਗੁਰਮੁਖ ਲੱਗਿਆ, ਤੁਹਾਡਾ ਕੋਈ ਪੈਸਾ ਨਹੀਂ, ਤੁਹਾਡੇ ਤੋਂ ਰਿਸ਼ਵਤ ਨਹੀਂ ਲਏਗਾ। ਦੇਖੋ ਕਿੰਨਾ ਆਪਾਂ ਗਿਆਨ ਦੇ ਰਹੇ ਹਾਂ ਵੀ ਇੱਥੇ ਰਿਸ਼ਵਤ ਲੈਣੀ ਬੰਦ ਕਰ ਦਿਓ। ਸਾਡੇ ਕੋਲ ਗੁਰਮੁਖ ਸੰਗਤ ਵਿੱਚ ਜੋਬਾਂ ਵਾਲੇ ਆਉਂਦੇ ਨੇ, ਉਹਨਾਂ ਨੂੰ ਬੇਨਤੀ ਕਰੀਦੀ, ਕਹਿੰਦੇ ਗੁਰਮੁਖ ਇੰਨੀ ਤਨਖਾਹ ਮਿਲਦੀ ਹੈ, ਕਦੀ ਕਿਸੇ ਦੇ ਨਾ ਹਾ ਨਜਾਇਜ਼ ਪੈਸੇ ਨਾ ਲਓ, ਕਿਸੇ ਤੋਂ ਰਿਸ਼ਵਤ ਨਾ ਲਓ। ਅੱਜ ਇੱਕ ਜਣਾ ਛੱਡੂਗਾ, ਕੱਲ੍ਹ ਦੋ ਛੱਡਣਗੇ, ਕੱਲ੍ਹ ਚਾਰ ਛੱਡਣਗੇ, ਇੱਕ ਦਿਨ ਆਏਗਾ ਸਾਰੀ ਦੁਨੀਆ ਰਿਸ਼ਵਤ ਲੈਣੀ ਛੱਡ ਦੇਗੀ, ਅਤੇ ਦੁਨੀਆ 'ਤੇ ਆਪੇ ਮਾਹੌਲ ਠੀਕ ਹੋ ਜਾਵੇਗਾ। ਅਤੇ ਉਹ ਲਾਲਚ ਹੀ ਆ ਨਾ, ਲੋਭ ਹੀ ਆ ਨਾ, ਲੋਭ ਦਾ ਜ਼ੋਰ ਪੈਣ ਕਰਕੇ ਆਪਾਂ ਰਿਸ਼ਵਤ ਮੰਗਦੇ ਹਾਂ ਕਾਰੋਬਾਰ ਜੋਬਾਂ ਵਾਲੇ ਬੰਦੇ, ਕੋਈ ਕਿਹੜੇ ਮਹਿਕਮੇ 'ਚ, ਕੋਈ ਕਿਹੜੇ ਮਹਿਕਮੇ 'ਚ। ਸੋ ਕਹਿਣ ਦਾ ਮਤਲਬ ਕਿ ਇੱਥੇ ਉਹੀ ਗਿਆਨ ਦਿੱਤਾ ਜਾਂਦਾ ਵੀ ਆਪਾਂ ਦੁਨਿਆਵੀ ਕੋਈ ਲਾਲਚ ਨਹੀਂ ਕਰਨਾ, ਲਾਲਚ ਕਰਨਾ ਇੱਕ ਚੀਜ਼ ਦਾ, ਕਾਹਦਾ, ਨਾਮ ਦਾ, ਕਾਹਦਾ ਲਾਲਚ ਕਰਨਾ, ਨਾਮ ਦਾ ਲਾਲਚ ਕਰਨਾ, ਮਾਲਕ ਨੂੰ ਮਿਲਣ ਦਾ, ਫਟਾਫਟ ਲਾਲਚ ਇੰਨਾ ਕਰੋ ਵੀ ਛੇਤੀ ਛੇਤੀ ਮਿਲ ਜਾਈਏ ਅਸੀਂ, ਹੈ ਨਹੀਂ। ਇਹ ਚੀਜ਼ਾਂ ਅਸੀਂ ਅਪਣਾਉਣੀਆਂ ਨੇ, ਅਤੇ ਜਿਹੜੀਆਂ ਮੈਂ ਦੱਸ ਕੇ ਆ ਰਿਹਾ ਉਹ ਛੱਡ ਦੇਣੀਆਂ ਨੇ। ਨਿੰਦਾ ਚੁਗਲੀ ਨਹੀਂ ਕਰਨੀ, ਨਾ ਸੁਣਨੀ, ਕਿਸੇ ਨਾਲ ਨਫ਼ਰਤ ਨਹੀਂ ਕਰਨੀ, ਦੁਬਧਾ ਨਹੀਂ ਕਰਨੀ, ਕਿਉਂਕਿ ਇਹ ਦੁਬਧਾ ਜਿਹੜੀ ਹੈ ਖੁਦ ਕਮਲੀ ਆ, ਅਤੇ ਜਿਹਨੂੰ ਇਹ ਚਿੰਬੜ ਜਾਂਦੀ ਉਹਨੂੰ ਵੀ ਕਮਲਿਆ ਕਰ ਦਿੰਦੀ ਹੈ। ਦੁਬਧਾ ਬੌਰੀ ਮਨ ਬੋਰਾਇਆ, ਝੂਠੇ ਲਾਲਚ ਜਨਮ ਗਵਾਇਆ, ਲਪਟ ਰਹੀ, ਲਪਟ ਮਤਲਬ ਕਿ ਚਿੰਬੜਗੀ ਨਾਲ, ਲਪਟ ਰਹੀ ਫੁਣ ਬੰਧ ਨਾ ਪਾਇਆ।
ਦੁਬਿਧਾ ਨਹੀਂ ਕਰਨੀ, ਸ਼ਰਮ ਨਹੀਂ ਮੰਨਣੀ ਨਾਮ ਜਪਣ ਲੱਗਿਆਂ, ਲੋਕ ਲੱਜਾ ਨਹੀਂ ਕਰਨੀ, ਹੰਕਾਰ ਨਹੀਂ ਕਰਨਾ, ਹਉਮੈ ਨਹੀਂ ਕਰਨੀ, ਹਾਂਜੀ, ਅਤੇ ਕਿਸੇ ਦਾ ਮਾੜਾ ਨਹੀਂ ਸੋਚਣਾ, ਚੰਗਾ ਹੋ ਸਕਦਾ ਕਰ ਜਾਓ, ਕਰਕੇ ਭੁੱਲ ਜਾਓ, ਇਹ ਵੀ ਨਾ ਕਿ ਉਹਨੂੰ ਅਹਿਸਾਸ ਕਰਾਈ ਜਾਓ ਵੀ ਮੈਂ ਕੀਤਾ ਕੀਤਾ, ਨਾ, ਉਹ ਵੀ ਵਡਿਆਈ ਆਪਦੀ ਆ, ਉਹ ਵੀ ਨਹੀਂ ਕਰਾਉਣੀ, ਨਾ ਕਿਸੇ ਦੀ ਉਸਤਤ, ਨਾ ਕਿਸੇ ਦੀ ਨਿੰਦਿਆ ਨਹੀਂ ਕਰਨੀ, ਇਹ ਦੋਨੇ ਤਿਆਗ ਦੇਣੀ, ਨਾ ਆਪਦੀ ਕਰਾਉਣੀ, ਕਿਹਦੀ ਕਰਾਉਣੀ ਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਸਭਾ ਬੈਠੀ ਹੈ, ਸਾਰੀ ਸਭਾ ਦੀ ਕਰਾਉਣੀ ਹੈ, ਅਤੇ ਇਹ ਸਭਾ ਸਾਰੀ ਕਿਹਨੂੰ ਮਿਲੀ ਹੋਈ ਹੈ, ਅਕਾਲ ਪੁਰਖ ਜੀ ਨੂੰ, ਅਤੇ ਅਕਾਲ ਪੁਰਖ ਦੀ ਕਰਾਉਣੀ ਹੈ, ਅਤੇ ਜਿਹੜੇ ਟੀਚਰ ਨੇ ਸਾਨੂੰ ਉਸ ਅਵਸਥਾ 'ਚ ਬਚਾਇਆ ਉਹ ਟੀਚਰ ਦੀ ਕਰਨੀ ਕਰਾਉਣੀ ਹੈ, ਕਰਨੀ ਅਤੇ ਕਰਾਉਣੀ ਹੈ, ਕੋਈ ਦੋ ਰਿਹਾ ਨਹੀਂ, ਉਸਤਾਦ ਤੋਂ ਬਿਨਾਂ ਗੱਲ ਨਹੀਂ ਬਣਦੀ, ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਈ, ਗਿਆਨ ਕਾ ਬੱਧਾ ਮਨ ਰਹੇ, ਗੁਰਬਿਨ ਗਿਆਨ ਨਾ, ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਇਹਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ, ਦੱਸੋ ਇਹ ਕਿਹੜੇ ਗੁਰੂ ਦੀ ਗੱਲ ਚੱਲਦੀ ਹੈ, ਇਹ ਉਸਤਾਦ ਦੀ ਗੱਲ ਚੱਲਦੀ ਹੈ, ਇਹ ਟੀਚਰ ਦੀ ਗੱਲ ਚੱਲਦੀ ਹੈ, ਅਤੇ ਗੁਰੂ ਦਾ ਆਪਾਂ ਨਿਖੇੜਾ ਕੀਤਾ ਹੋਇਆ, ਜਦੋਂ ਇੱਥੇ ਸੰਸਾਰ 'ਤੇ ਆਪਾਂ ਆਉਂਦੇ ਹਾਂ, ਜਨਮ ਲੈਣ ਸਾਰ ਗੁਰਬਾਣੀ ਗੁਰੂ ਨੇ ਦੱਸਿਆ ਕਿ ਗੁਰਦੇਵ ਮਾਤਾ ਗੁਰਦੇਵ ਪਿਤਾ, ਮਾਂ ਪਿਓ ਗੁਰੂ ਨੇ, ਫਿਰ ਪੜ੍ਹਨੇ ਪਾਉਂਦੇ ਹਾਂ ਬੱਚੇ ਨੂੰ, ਫਿਰ ਉਹਦਾ ਟੀਚਰ ਜਿਹੜਾ ਹੈ, ਜਿਹੜਾ ਉਹਨੂੰ ਸਿਖਾਉਂਦਾ ਹੈ, ਊੜਾ ਐੜਾ ਇੱਕ ਆ ਦੂਆ ਤੀਆ ਸਿਖਾਉਂਦਾ ਹੈ, ਇੱਕ ਦੋ ਤਿੰਨ, ਵਨ ਟੂ ਥ੍ਰੀ ਸਿਖਾਉਂਦਾ ਹੈ, ਅਲਫ ਬੇ ਸਿਖਾਉਂਦਾ ਹੈ, ਉਹ ਉਹਦਾ ਉਸਤਾਦ ਹੈ, ਟੀਚਰ ਆ, ਅਤੇ ਜੇ ਬੱਚਾ ਨਹੀਂ ਪੜ੍ਹਨੇ, ਉਹਦੀ ਰੁਚੀ ਪੜ੍ਹਨ ਵਿੱਚ, ਅਤੇ ਆਪਾਂ ਉਹਨੂੰ ਪੁੱਛਦੇ ਪੁੱਤ ਤੇਰਾ ਕੀ ਕੰਮ, ਕੀ ਸਿੱਖਣਾ ਚਾਹੁੰਦਾ, ਤੇਰਾ ਕਿੱਧਰ ਰੁਚੀ ਆ, ਉਹ ਕਹਿੰਦਾ ਮੈਂ ਮਕੈਨਿਕ ਬਣਨਾ, ਮੈਂ ਇੰਜਣਾਂ ਦਾ ਕੰਮ ਕਰਨਾ, ਕੋਈ ਕਹਿੰਦਾ ਮੈਂ ਹਾਰਮੋਨੀਅਮ ਕੀਰਤਨ ਕਰਨਾ, ਅਤੇ ਜਿਹਦੇ ਕੋਲ ਆਪਾਂ ਉਹਨੂੰ ਲਾਉਂਦੇ ਹਾਂ ਕੰਮ ਸਿੱਖਣ, ਉਹ ਆਉਂਦਾ ਕੀ ਆ, ਗੁਰੂ ਉਸਤਾਦ, ਫਿਰ ਇਹ ਸਰੀਰ ਦਾ ਗੁਰੂ ਕੌਣ ਆ, ਪਵਨ, ਅਤੇ ਸਾਡੇ ਮਨ ਦਾ ਗੁਰੂ ਕੌਣ ਆ, ਸ਼ਬਦ, ਅਤੇ ਅਕਾਲ ਪੁਰਖ ਵਾਹਿਗੁਰੂ ਜੀ ਅਦਿੱਖ ਹਨ, ਅਦ੍ਰਿਸ਼ਟ ਹਨ, ਉਹਨਾਂ ਨੂੰ ਆਪਾਂ ਗੁਰਬਾਣੀ ਦੇ ਅਧਿਆਤਮਿਕ ਗਿਆਨ ਕਹਿੰਦੇ ਹਾਂ, ਅਦਿੱਖ ਦਾ, ਅਤੇ ਅਦਿੱਖ ਦੇ ਗੁਰੂ ਸਾਡੇ ਗੁਰੂ ਅਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਹਨ, ਹਾਂਜੀ, ਨਿਖੇੜਾ ਸਾਰਾ ਕੀਤਾ ਹੋਇਆ, ਇਹ ਸਾਰੀਆਂ ਗੱਲਾਂ ਨੂੰ ਤੁਸੀਂ ਪੱਲੇ ਬੰਨੋ, ਇੱਕ ਦਿਨ ਤੁਹਾਨੂੰ ਇਹ ਗੱਲਾਂ ਕੰਮ ਆਉਣਗੀਆਂ ਤੁਹਾਡੇ, ਕਿਉਂਕਿ ਪ੍ਰੈਕਟੀਕਲ ਆ, ਜਿਵੇਂ ਜਿਵੇਂ ਤੁਹਾਡਾ ਪ੍ਰੈਕਟੀਕਲ ਹੋਏਗਾ, ਤੁਹਾਨੂੰ ਅਹਿਸਾਸ ਹੋਏਗਾ, ਹਾਂ ਵਾਕਿਆ ਗੱਲ ਇਹ ਮੰਨਣ ਯੋਗ ਆ ਵੀ ਆਹ ਗੱਲਾਂ ਗੁਰਮੁਖਾਂ ਨੇ ਕੀਤੀਆਂ ਸੀ, ਇਹ ਸਹੀ ਆ, ਪ੍ਰੈਕਟੀਕਲ ਤੋਂ ਬਿਨਾਂ ਗੱਲ ਨਹੀਂ ਬਣਨੀ, ਗਿਆਨ ਲਓ ਮਹਾਰਾਜ ਦੀ ਬਾਣੀ ਦਾ, ਗਿਆਨ ਤੋਂ ਬਾਅਦ ਧਿਆਨ, ਧਿਆਨ ਤੋਂ ਬਿਨਾਂ ਤੁਹਾਡਾ ਪ੍ਰਭੂ ਮਿਲਾਪ ਨਹੀਂ ਹੈ, ਜਿੰਨਾ ਮਰਜ਼ੀ ਜ਼ੋਰ ਲਾ ਲਓ, ਧਿਆਨ ਤੋਂ ਬਿਨਾਂ ਮਿਲਾਪ ਨਹੀਂ ਹੈ, ਅਤੇ ਮਹਾਰਾਜ ਦੀ ਬਾਣੀ ਗੁਰੂ ਕੀ ਕਹਿੰਦੇ ਨੇ, ਕਹਿੰਦੇ ਜੇ ਤੁਸੀਂ ਮਾਲਕ ਨੂੰ ਮਿਲਣਾ ਚਾਹੁੰਦੇ ਹੋ, ਜਾਣਨਾ ਚਾਹੁੰਦੇ ਹੋ, ਕਹਿੰਦੇ ਫਿਰ ਕੀ ਕਹਿੰਦੇ, ਕਹਿੰਦੇ ਧੁਨਵੇਂ ਧਿਆਨ, ਦੇਖੋ ਕਿੰਨਾ ਸਪਸ਼ਟ ਆ, ਧੁਨਵੇਂ ਧਿਆਨ, ਧਿਆਨਵੇਂ ਜਾਣਿਆ, ਕਹਿੰਦੇ ਜੇ ਧੁਨ ਵਿੱਚ ਧਿਆਨ ਰੱਖੋਗੇ ਤਾਂ ਉਹਨੂੰ ਜਾਣ ਲਓਗੇ ਪਰਵਰਦਿਗਾਰ ਨੂੰ, ਗੁਰਮੁਖ ਇਕੱਠ ਕਹਾਣੀ, ਫਿਰ ਤੁਸੀਂ ਗੁਰਮੁਖ ਬਣ ਜਾਓਗੇ, ਫਿਰ ਤੁਸੀਂ ਇਕੱਠ ਕਹਾਣੀ ਕਰੋਗੇ, ਗੁਰੂ ਨਾਨਕ ਦੇਵ ਮਹਾਰਾਜ ਜੀ ਇਕੱਠ ਕਹਾਣੀ ਲੈ ਕੇ ਆਏ, ਉਹਨਾਂ ਨੇ ਭਾਈ ਲਹਿਣਾ ਜੀ ਨੂੰ ਇਕੱਠ ਕਹਾਣੀ ਸੁਣਾਈ, ਅਤੇ ਭਾਈ ਲਹਿਣਾ ਜੀ ਨੂੰ ਪ੍ਰੈਕਟੀਕਲ ਕਰਾਇਆ, ਜੁਗਤੀਆਂ ਵਿਧੀਆਂ ਦੱਸੀਆਂ, ਉਹਨਾਂ ਨੇ ਉਹਨਾਂ ਨੂੰ ਅਪਣਾਇਆ, ਅਤੇ ਇੱਕ ਦਿਨ ਉਹਨਾਂ ਦਾ ਮਿਲਾਪ ਹੋਇਆ ਸੁੰਨ ਵਿੱਚ, ਕਿੱਥੇ ਜੀ, ਸੁੰਨ ਵਿੱਚ,
ਅਤੇ ਫਿਰ ਉਹਨਾਂ ਨੂੰ ਰੁਤਬਾ ਦੇਤਾ ਦੂਜੇ ਗੁਰੂ ਦਾ, ਗੁਰੂ ਅੰਗਦ ਦੇਵ ਜੀ ਬਣ ਗਏ। ਹਾਂਜੀ, ਅਤੇ ਫਿਰ ਕਿਹੜਾ ਗਿਆਨ ਦਿੱਤਾ ਸੀ ਗੁਰੂ ਅੰਗਦ ਦੇਵ ਜੀ ਨੂੰ? ਕਹਿੰਦੇ ਗੁਰੂ ਅੰਗਦ ਦਿਓ ਨਿਧਾਨ ਇਕੱਠ ਕਥਾ ਗਿਆਨ। ਇਕੱਠ ਕਥਾ ਦਾ ਗਿਆਨ ਦਿੱਤਾ ਸੀ। ਇਕੱਠ ਕਿਹਨੂੰ ਕਹਿੰਦੇ ਨੇ? ਮਾਲਕ ਨੂੰ। ਉਸ ਮਾਲਕ ਨੂੰ ਮਿਲਣ ਦੀ ਕਥਾ, ਉਸ ਮਾਲਕ ਨੂੰ ਮਿਲਣ ਦੀ ਕਹਾਣੀ, ਇਕੱਠ ਕਹਾਣੀ ਹਰ ਇੱਕ ਜੀਵ ਨਹੀਂ ਕਰ ਸਕਦਾ। ਜਿਹਨੂੰ ਮਾਲਕ ਮਨ ਨੂੰ ਜਗਾਏਗਾ, ਜਿਸ ਮਨ ਨੂੰ ਮਾਲਕ ਜਗਾਏਗਾ, ਉਹ ਮਨ ਇਕੱਠ ਕਹਾਣੀ ਕਰੇਗਾ, ਦੂਜਾ ਨਹੀਂ ਕਰ ਸਕਦਾ। ਔਰ ਜਿਸ ਮਨ ਨੂੰ ਜਗਾਏਗਾ ਉਹਨੂੰ ਅੰਮ੍ਰਿਤ ਰਸ ਪਿਆਏਗਾ। ਜਿਸੇ ਜਗਾਏ ਪਿਆਵੇ ਇਹ ਰਸ, ਇਕੱਠ ਕਥਾ ਤਿੰਨ ਜਾਣੀ। ਉਹਨਾਂ ਨੇ ਇਕੱਠ ਕਥਾ ਜਾਣੀ, ਉਹਨਾਂ ਨੂੰ ਭੇਦ ਆਇਆ, ਅਤੇ ਹੁਣ ਤੁਸੀਂ ਵੀ ਆਪਦੇ ਮਨਾਂ ਨੂੰ ਜਗਾ ਰਹੇ ਹੋ। ਅਤੇ ਕਿਵੇਂ ਮਨ ਜਾਗਦਾ? ਸਿਮਰ 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 ਗੁਰ ਆਪਣਾ ਸੋਇਆ ਮਨ ਜਗਾਈ। ਸਿਮਰਨ ਕਰ ਕਰਕੇ ਕਰ ਕਰਕੇ ਤੁਸੀਂ ਮਨ ਨੂੰ ਜਗਾਉਣਾ। ਤਨ ਨੂੰ ਤਾਂ ਅਸੀਂ ਸਵੇਰੇ ਜਗਾਉਂਦੇ ਹਾਂ, ਜਦੋਂ ਸੌਂ ਜਾਂਦੇ ਹਾਂ, ਡੇਢ ਦੋ ਘੰਟੇ ਬਾਅਦ ਕਿਤੇ ਜਾਣਾ ਹੁੰਦਾ, ਦੁਪਹਿਰੇ ਵੀ ਆਪਾਂ ਸੌਂ ਜਾਂਦੇ ਹਾਂ, ਫਿਰ ਕੋਈ ਕੰਮ ਯਾਦ ਆਉਂਦਾ ਆਪਾਂ ਉੱਠ ਕੇ ਚਲੇ ਜਾਂਦੇ ਹਾਂ, ਰਾਤ ਨੂੰ ਸੌਂ ਜਾਂਦੇ ਹਾਂ, ਸਵੇਰੇ ਉੱਠਦੇ ਹਾਂ 4 ਵਜੇ 3 ਵਜੇ 5 ਵਜੇ, ਹੈ ਨਾ, ਇਹਦੇ ਤੋਂ ਫਿਰ ਕੰਮ ਲੈਂਦੇ ਹਾਂ। ਅਤੇ ਗੱਲ ਤਾਂ ਮਨ ਦੇ ਜਾਗਣ ਦੀ ਆ, ਇਹ ਤਾਂ ਅਸੀਂ ਰੋਜ਼ ਜਾਗਦੇ ਹਾਂ, ਕੋਈ ਘੰਟਾ ਪਹਿਲਾਂ ਜਾਗ ਲੈਂਦਾ, ਕੋਈ ਘੰਟਾ ਬਾਅਦ 'ਚ ਜਾਗ ਲੈਂਦਾ, ਪਰ ਮਨ ਨਹੀਂ ਜਗਾਇਆ ਆਪਾਂ ਅਜੇ। ਜਿੰਨੀ ਦੇਰ ਮਨ ਨਹੀਂ ਜਾਗਦਾ ਉਨੀ ਦੇਰ ਗੱਲ ਨਹੀਂ ਬਣਨੀ। ਅਤੇ ਮਨ ਕਦੋਂ ਦਾ ਸੁੱਤਾ? ਜਨਮਾਂ ਜਨਮਾਂ ਦਾ ਸੁੱਤਾ। ਗੁਰਪੂਰੇ ਕੀ ਚਰਨੀ ਲਾਗ, ਜਨਮ ਜਨਮ ਕਾ ਸੋਇਆ ਜਾਗ। ਜਨਮਾਂ ਜਨਮਾਂ ਦਾ ਮਨ ਸੁੱਤਾ ਹੋਇਆ ਤ੍ਰੈ ਗੁਣ ਵਿਚਾਰਾਂ ਦੇ ਵਿੱਚ, ਕਹਿੰਦੇ ਇਹਨੂੰ ਹੁਣ ਜਗਾ ਲਓ, ਹੁਣ ਵਾਰੀ ਹੈ, ਹੁਣ ਮੌਕਾ ਹੈ। ਤਿਹੀਂ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਗੁਰ ਕਿਰਪਾ 'ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਅੰਮ੍ਰਿਤ ਬਾਣੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਅੰਮ੍ਰਿਤ ਬਾਣੀ ਬੋਲ ਰਹੀ ਹੈ। ਕਹਿੰਦੇ ਜਗਾ ਲਓ ਮਨ ਨੂੰ, ਅਤੇ ਆਪਾਂ ਆਪਦੇ ਮਨ ਨੂੰ ਜਗਾਈਏ। ਜਦੋਂ ਜਗਾਵਾਂਗੇ ਫਿਰ ਸਾਨੂੰ ਪਤਾ ਲੱਗੇਗਾ ਚੰਗੇ ਮਾੜੇ ਦਾ। ਕਹਿੰਦਾ ਪਤਾ ਲੱਗੇਗਾ ਜੀ? ਚੰਗੇ ਮਾੜੇ ਦਾ, ਵਿਖਾਵੇ ਦਾ ਫਿਰ ਪਤਾ ਲੱਗੇਗਾ। ਜੇ ਮਨ ਜਾਗਿਆ ਹੀ ਨਹੀਂ ਤਾਂ ਤੁਸੀਂ ਕੀ ਪਛਾਣ ਕਰ ਸਕਦੇ ਹੋ ਕਿਸੇ ਦੀ? ਮਨ ਜਾਗਿਆ ਹੋਏਗਾ ਤੁਹਾਨੂੰ ਪਤਾ ਹੋਏਗਾ, ਬੋਲਣ ਤੋਂ, ਵਰਡ ਬੋਲਣ ਤੋਂ ਪਛਾਣ ਆ ਜਾਏਗੀ ਇਹ ਮਨ ਕਿੱਥੇ ਬੈਠਾ ਹੈ। ਕੀ ਇਹ ਮਨ ਸੰਤ ਪਦਵੀ 'ਤੇ ਬੈਠਾ? ਕੀ ਇਹ ਮਨ ਹਜੇ ਕਾਲ ਦੇ ਵਾਸੀ ਵੀ ਹੈ? ਉਹ ਤੁਹਾਨੂੰ ਪਛਾਣ ਖੁਦ ਆ ਜਾਏਗੀ ਜਦੋਂ ਤੁਸੀਂ ਸਿਮਰਨ ਕਰਕੇ ਮਨ ਨੂੰ ਜਗਾਉਣਾ ਸ਼ੁਰੂ ਕੀਤਾ। ਅਤੇ ਆਪਾਂ ਨੂੰ ਮਹਾਰਾਜ ਦੀ ਬਾਣੀ ਦੇ ਵਿੱਚ ਐਵੇਂ ਵਾਰ ਵਾਰ ਸਿਮਰਨ ਕਰਨ ਨੂੰ ਨਹੀਂ ਕਿਹਾ ਗਿਆ, ਤਾਂ ਹੀ ਕਿਹਾ ਗਿਆ ਵੀ ਇਹ ਮਨ ਜਾਗੇ। ਜੇ ਜਾਗੇਗਾ ਤਾਂ ਰਸ ਆਏਗਾ, ਜਿਸੇ ਜਗਾਏ ਪਿਆਵੇ ਇਹ ਰਸ, ਇਕੱਠ ਕਥਾ ਤਿੰਨ ਜਾਣੀ। ਫਿਰ ਕੀ ਕਹਿੰਦੇ? ਬਾਰਿੰਗ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਮਨ ਤਨ ਤ੍ਰਪੀਐ। ਬਾਰ ਬਾਰ ਜਪਣ ਨੂੰ ਕਿਹਾ ਗਿਆ ਸਾਨੂੰ। ਇੰਨਾ ਜਪੀਏ ਅਸੀਂ ਤੁਰਦੇ ਫਿਰਦੇ ਖਾਂਦੇ ਪੀਂਦੇ, ਸਾਨੂੰ ਆਸੇ ਪਾਸੇ ਦੀ ਸੁੱਧ ਬੁੱਧ ਨਾ ਰਹੇ, ਆਸੇ ਪਾਸੇ ਕੋਈ ਲੰਘ ਜੇ ਸਾਨੂੰ ਪਤਾ ਹੀ ਨਾ ਲੱਗੇ ਕੌਣ ਲੰਘ ਗਿਆ। ਐਂ ਦੇਖਾਂਗੇ ਤਾਂ ਪਤਾ ਲੱਗੂਗਾ ਨਾ, ਪਛਾਣ ਆ ਗਿਆ ਉਹ ਫਲਾਣਾ ਲੰਘ ਗਿਆ, ਜਦੋਂ ਅਸੀਂ ਉੱਧਰ ਦੇਖਣਾ ਹੀ ਨਹੀਂ, ਅਸੀਂ ਦੇਖਣਾ ਆਪਦੇ ਪਿਤਾ ਨੂੰ ਇੱਥੇ। ਇਹਨੂੰ ਕਹਿ ਰਹੇ ਹਾਂ ਵਾਹ ਗੁਰੂ ਵਾਹ ਗੁਰੂ। ਪਾਸੇ ਨਹੀਂ ਦੇਖਾਂਗੇ, ਪਾਸੇ ਪਤਾ ਜੇ ਦੇਖਾਂਗੇ ਤਾਂ ਝੂਠ ਦਿਸੇਗਾ। ਜਗ ਰਚਨਾ ਸਭ ਝੂਠ ਹੈ, ਜਾਣ ਲਿਓ ਰੇ ਮੀਤ। ਅਸੀਂ ਝੂਠ ਨੂੰ ਹੁਣ ਤੱਕ ਦੇਖਿਆ, ਪਰ ਹੁਣ ਛੱਡ ਦਈਏ ਝੂਠ ਨੂੰ ਦੇਖਣਾ, ਹੁਣ ਦੇਖੀਏ ਸੱਚ ਨੂੰ। ਕਿਹਨੂੰ ਦੇਖੀਏ ਜੀ? ਸੱਚ ਮਾਲਕ ਨੂੰ। ਕਹਿੰਦੇ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਜੇ ਹੁਣ ਤੋਂ ਮੋੜ ਮੋੜਾਂਗੇ, ਮਨ ਨੂੰ ਮੋੜਾਂਗੇ ਮਾਲਕ ਵਾਲੇ ਪਾਸੇ ਨੂੰ,
ਫਿਰ ਅੰਤਮ ਸਮੇਂ ਮਾਲਕ ਦੀ ਯਾਦ ਆਏਗੀ। ਅਤੇ ਜੇ ਹੁਣ ਤੋਂ ਹੀ ਨਾ ਮੋੜਿਆ ਅਸੀਂ ਤਾਂ ਫਿਰ ਮਾਲਕ ਦੀ ਯਾਦ ਨਹੀਂ ਆਏਗੀ। ਅਤੇ ਇਸ ਜਗ੍ਹਾ 'ਤੇ ਜਿੰਨੇ ਬੱਚੇ ਸਟੂਡੈਂਟ ਤਿਆਰ ਹੋਏ ਨੇ ਉਹਨਾਂ ਨੂੰ ਕੋਈ ਕਮੀ ਨਹੀਂ ਛੱਡੀ। ਸੂਖਮ ਦਾ ਭੇਦ ਦਿੱਤਾ ਹੈ, ਸੂਖਮ ਰੂਹਾਂ ਦਾ ਭੇਦ ਦਿੱਤਾ ਹੈ, ਕਿੰਨੀ ਕੈਟਾਗਰੀ ਹੁੰਦੀ ਇਹਨਾਂ ਦੀ, ਸਾਰਾ ਭੇਦ ਦਿੱਤਾ ਹੋਇਆ ਹੈ। ਦ੍ਰਿਸ਼ਟੀ ਕੰਟਰੋਲ ਕਿਵੇਂ ਹੁੰਦੀ ਹੈ, ਤੁਸੀਂ ਦੂਸਰੇ ਨੂੰ ਤਾਂਤਰਿਕ ਨੂੰ ਕਿਵੇਂ ਖਾਲੀ ਕਰਨਾ ਹੈ, ਕੋਈ ਹਥਿਆਰ ਨਹੀਂ ਮਾਰਨਾ, ਸਿਰਫ ਤੁਹਾਡੀ ਦ੍ਰਿਸ਼ਟੀ 'ਚ ਪਾਵਰ ਹੋਵੇ ਤਾਂ ਉਹ ਖਾਲੀ ਹੋ ਜਾਏਗਾ। ਇੰਨਾ ਗਿਆਨ ਦਿੱਤਾ, ਹਾਂਜੀ, ਇਸ ਗਿਆਨ ਨੂੰ ਲੈ ਕੇ ਬੱਚੇ ਫੀਲਡ ਵਿੱਚ ਵਿਚਰ ਰਹੇ ਨੇ, ਇਲਾਕਿਆਂ ਦੇ ਵਿੱਚ ਵਿਚਰ ਰਹੇ ਨੇ, ਪ੍ਰਚਾਰ ਕਰਦੇ ਨੇ। ਅਤੇ ਮੈਨੂੰ ਖੁਸ਼ੀ ਹੁੰਦੀ ਉਸ ਚੀਜ਼ ਦੀ ਜਦੋਂ ਬੱਚੇ ਪ੍ਰਚਾਰ ਕਰਦੇ ਨੇ। ਮੇਰੇ ਉਸਤਾਦ ਨੇ ਮੈਨੂੰ ਪ੍ਰਚਾਰਕ ਬਣਾਇਆ, ਭਾਈ ਸਾਹਿਬ ਭਾਈ ਸੇਵਾ ਸਿੰਘ ਧਰਮਾਲਾ ਜੀ ਨੇ, ਅਤੇ ਉਹਦੇ ਇਸ ਪੁੱਤ ਨੇ ਅੱਗੇ ਕਿੰਨਿਆਂ ਨੂੰ ਪ੍ਰਚਾਰਕ ਬਣਾਇਆ, ਕਿੰਨੇ ਹੋ ਤੁਸੀਂ ਪ੍ਰਚਾਰ ਕਰਨ ਵਾਲੇ, ਬਹੁਤ ਜ਼ਿਆਦਾ ਗੁਰਮੁਖ ਬੱਚੇ ਤਿਆਰ ਹੋ ਗਏ। ਔਰ ਤੁਸੀਂ ਕੋਈ ਵੀ ਉੱਠ ਕੇ ਖੜ੍ਹਾ ਹੋ ਕੇ ਕਵੇ ਵੀ ਕਦੀ ਕਿਸੇ ਨੂੰ ਕਿਹਾ ਵੀ ਐਂ ਨਹੀਂ, ਐਂ ਪੁੱਤ ਇੱਥੇ ਝੂਠ ਬੋਲ ਜਾਓ, ਇੱਥੇ ਐਂ ਕਰ ਜਾਓ, ਨਾ, ਝੂਠ ਨਹੀਂ ਬੋਲਣਾ, ਸੱਚ ਬੋਲਣਾ, ਸੱਚ ਬੋਲਣਾ। ਅਤੇ ਇਹ ਨਾ ਹੋਵੇ ਵੀ ਆਪਾਂ ਝੂਠ ਬੋਲ ਕੇ ਮਾਲਕ ਤੋਂ ਦੂਰ ਹੋਈਏ, ਕਿਉਂ ਤੋਂ ਦੂਰ ਹੋਈਏ, ਮਾੜੀ ਜਿਹੀ ਗੱਲ ਪਿੱਛੇ ਕਿਉਂ ਦੂਰੇ, ਸੱਚ ਬੋਲੋ, ਨਿਧੜਕ ਹੋ ਕੇ ਬੋਲੋ। ਪਰ ਇਹ ਪੰਚਾਇਤ ਦੇ ਵਿੱਚ ਲੋੜ ਪੈਂਦੀ ਹੈ ਅਤੇ ਸਤੋਗੁਣੀ ਹੋਣ ਦਾ ਸਬੂਤ ਦਿਓ ਵੀ ਮੈਂ ਸਤੋਗੁਣੀ ਵਾਕਿਆ ਹੈਗਾ। ਇਹ ਨਾ ਹੋਵੇ ਵੀ ਤਕੜੇ ਬੰਦੇ ਕੋਲ ਜਾ ਕੇ ਅਗਲਾ ਡਰਾ ਦੇਵੇ ਅਤੇ ਤੁਸੀਂ ਕਹੋ ਨਹੀਂ ਜੀ ਮੈਂ ਤਾਂ ਦੇਖਿਆ ਹੀ ਨਹੀਂ ਕੁਛ, ਅਤੇ ਪਹਿਲਾਂ ਕਹੋ ਦੇਖਿਆ ਮੁੜ ਕੇ ਕਹੋ, ਜਾਂ ਅਗਲਾ ਪੈਸੇ ਦੇ ਦੇਵੇ, ਲਾਲਚ ਦੇ ਦੇਵੇ, ਤੁਹਾਨੂੰ ਵੀ ਝੂਠ ਬੋਲ ਜਾਓ ਜੀ, ਗਵਾਹੀ ਨਾ ਦਿਓ। ਇਹਨਾਂ ਮਤਲਬ ਕਿ ਫਿਰ ਡਰਦੇ ਹਾਂ। ਇਸ ਤਰ੍ਹਾਂ ਆਪਾਂ ਬੱਚੇ ਤਿਆਰ ਕੀਤੇ ਨੇ ਵੀ ਉਹਨਾਂ ਨੂੰ ਕਿਹਾ ਪੁੱਤ ਪ੍ਰਚਾਰ ਕਰੋ ਦੁਨੀਆਂ 'ਤੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਗੁਰੂ ਸਾਰੇ ਵਰਲਡ ਦੇ ਲਈ ਹੈ। ਕਿਹਦੇ ਲਈ ਹੈ ਜੀ? ਸਾਰੇ ਸੰਸਾਰ ਦੇ ਲਈ, ਹਿੰਦੂ ਮੁਸਲਿਮ ਸਿੱਖ ਈਸਾਈ ਦੇ ਲਈ ਹੈ। ਜਿਹੜਾ ਮਰਜ਼ੀ ਆ ਜਾਵੇ ਉਹਨੂੰ ਗਿਆਨ ਮਿਲੇਗਾ, ਜਿਹੜਾ ਮਰਜ਼ੀ ਆ ਜਾਵੇ ਉਹਨੂੰ ਸਿਮਰਨ ਕਰਾਇਆ ਜਾਏਗਾ। ਅਤੇ ਜੋ ਮਾਲਕ ਹੈ ਇਹ ਘੱਟ ਘੱਟ ਵਿੱਚ ਹੈ, ਜਰੇ ਜਰੇ ਵਿੱਚ ਹੈ, ਤਾਂ ਉਹ ਦੇਖਿਆ ਜਾਏਗਾ, ਦਿਖਾਇਆ ਜਾਏਗਾ। ਫਿਰ ਜੋ ਮਾਲਕ ਦੇ ਮੁੱਖ ਦੀ ਆਵਾਜ਼ ਨਾਮ ਹੈ ਉਹ ਵੀ ਜਰੇ ਜਰੇ ਵਿੱਚ ਹੈ, ਕਣ ਕਣ ਵਿੱਚ ਹੈ, ਉਹਦਾ ਭੇਦ ਦਿੱਤਾ ਜਾਏਗਾ, ਉਹਦਾ ਨਾਮ ਦਾ ਭੇਦ ਦਿੱਤਾ ਜਾਏਗਾ, ਸ਼ਬਦ ਦਾ ਭੇਦ ਦਿੱਤਾ ਜਾਏਗਾ। ਫਿਰ ਜਿੰਨੀ ਦੇਰ ਸਾਡੇ ਸਵਾਸ ਨੇ, ਸਾਡੇ ਕੋਲ ਸਵਾਸਾਂ ਦਾ ਤਨ ਹੈ, ਉਨੀ ਦੇਰ ਚਾਹੇ ਉਹ ਹਿੰਦੂ ਵੀਰ ਆ, ਮੁਸਲਿਮ, ਸਿੱਖ, ਈਸਾਈ, ਕੋਈ, ਸਾਰਿਆਂ ਦੇ ਅੰਦਰ ਉਨੀ ਦੇਰ ਨਾਮ ਹੈ। ਅਤੇ ਜਿਹੜਾ ਅੰਦਰ ਨਾਮ ਹੈ ਉਹਦੀ ਪਹਿਚਾਣ ਕਰਾਈ ਜਾਏਗੀ। ਕਾਨ ਸੁਣੇ ਪਹਿਚਾਣ ਨਾ ਤਿੰਨ ਸਿਉ, ਲਿਵ ਲੱਗ ਗਈ ਮੋਰੀ ਪੱਗ ਇਨ ਸਿਉ, ਪਹਿਚਾਣ ਕਰਾਈ ਜਾਏਗੀ ਸੰਗਤ ਵਿੱਚ ਆਇਆਂ 'ਤੇ। ਅਤੇ ਉਸ ਤੋਂ ਬਾਅਦ ਗੁਰਮੁਖ ਪਿਆਰਿਓ, ਇਹ ਫਿਰ ਮਾਲਕ ਦੇ ਪ੍ਰਚਾਰ ਦੀ ਡਿਊਟੀ ਆਪਾਂ ਕਰਨੀ ਹੈ ਨਿਧੜਕ ਹੋ ਕੇ। ਕਿਸੇ ਨਾਲ ਸਾਡਾ ਕੋਈ ਵੈਰ ਵਿਰੋਧ ਨਹੀਂ ਹੈ, ਸੱਚਾਈ 'ਤੇ ਜ਼ਰੂਰ ਖੜ੍ਹੇ ਹਾਂ। ਚਾਹੇ ਉਹ ਕੋਈ ਵੀ ਬੰਦਾ ਹੈ, ਚਾਹੇ ਉਹ ਫੈਮਿਲੀ ਮੈਂਬਰ ਹੈ ਜਿਹੜਾ ਸਾਨੂੰ ਗੁਰਬਾਣੀ ਤੋਂ ਦੂਰ ਕਰਦਾ ਹੈ, ਉਹਨੂੰ ਸਾਡੀ ਫਤਿਹ, ਉਹਨੂੰ ਸਾਡੀ ਫਤਿਹ ਹੈ। ਜਿਹੜਾ ਬਾਣੀ ਦੇ ਮੁਤਾਬਕ ਇਹ ਨਿਧੜਕ ਹੋ ਕੇ ਬੋਲਦਾ ਹੈ ਉਹ ਆਪਣੇ ਨਾਲ ਹੈ, ਆਪਾਂ ਉਹਦੇ ਨਾਲ, ਠੀਕ ਹੈ ਜੀ। ਮਤਲਬ ਕਿ ਬਾਣੀ ਦੇ ਮੁਤਾਬਕ ਅਸੀਂ ਮੀਨਿੰਗ ਗਲਤ ਕੱਢੀਏ ਸ਼ਬਦ ਦਾ, ਫਿਰ ਨਹੀਂ ਵਿਚਾਰ ਮਿਲਣੇ। ਅਸਲੀ ਮੀਨਿੰਗ ਕੱਢੀਏ ਜਿੱਥੇ ਬਾਣੀ ਗੁਰੂ ਗੱਲ ਕਰਦੇ ਆ, ਅਤੇ ਫਿਰ ਆਪਣੇ ਸਾਰੇ ਆਪਾਂ ਇੱਕ, ਠੀਕ ਨਹੀਂ। ਪਰਿਵਾਰ ਦੇ ਵਿੱਚ ਫਰਕ ਪੈ ਜਾਂਦਾ ਜੀ, ਪਿਓ ਪੁੱਤ ਦੀ ਨਹੀਂ ਬਣਦੀ, ਹਾਂਜੀ। ਅੱਗੇ ਤਾਂ ਨੂੰਹ ਸੱਸ ਦੀ ਕਹਿੰਦੇ ਸੀ, ਹੁਣ ਮਾਂ ਧੀ ਕੀ ਆਉਂਦਾ ਵੀ ਫਰਕ ਪੈ ਜਾਂਦਾ। ਕਿਉਂ? ਕਿਉਂਕਿ ਕਲਯੁੱਗ ਦਾ ਸਮਾਂ ਹੈ, ਕਿਉਂਕਿ ਕਲਯੁੱਗ ਦਾ ਸਮਾਂ ਹੈ।
ਕਾਲ ਨੇ ਚੱਲ ਚੱਲ ਕੇ ਸਾਡੇ 'ਚ ਫਰਕ ਪਾਉਣਾ, ਪਿਓ ਪੁੱਤ ਵਿੱਚ ਪਾਉਣਾ, ਭੈਣ ਭਰਾ 'ਚ ਪਾਉਣਾ, ਪਤੀ ਪਤਨੀ 'ਚ ਪਾਉਣਾ, ਨੂੰਹ ਸੱਸ ਵਿੱਚ ਪਾਉਣਾ, ਰਿਸ਼ਤੇਦਾਰੀਆਂ ਦੇ ਵਿੱਚ ਪਾਉਣਾ। ਅਤੇ ਫਰਕ ਜ਼ਿਆਦਾ ਪੈਂਦਾ ਲਾਲਚ ਵੱਸ ਹੋ ਕੇ, ਕਹਿੰਦੇ ਵੱਸ ਹੋ ਕੇ ਜੀ, ਲੋਭ ਵੱਸ ਹੋ ਕੇ, ਲਾਲਚ ਵੱਸ ਹੋ ਕੇ ਜ਼ਿਆਦਾ ਫਰਕ ਪੈਂਦਾ ਰਿਸ਼ਤੇਦਾਰੀਆਂ 'ਚ। ਅਤੇ ਜਦੋਂ ਅਸੀਂ ਇਹਨਾਂ ਤ੍ਰੈ ਗੁਣਾਂ ਤੋਂ ਉੱਪਰ ਉੱਠ ਖੜ੍ਹੇ, ਤ੍ਰੈ ਗੁਣਾਂ ਦੇ ਵਿੱਚ ਹੀ ਹੈ ਨਾ, ਰਜੋ ਸਤੋ ਤਮੋ ਦੇ ਵਿੱਚ ਹੀ ਹੈ ਨਾ, ਲੋਭ ਲਾਲਚ ਸਾਰਾ, ਉੱਪਰ ਉੱਠ ਖੜ੍ਹੇ, ਅਤੇ ਫਿਰ ਗੁਰਮੁਖ ਪਿਆਰਿਓ ਅਸੀਂ ਕਿਸੇ ਨਾਲ ਵੀ ਕੋਈ ਈਰਖਾ ਦੁਬਧਾ ਨਹੀਂ ਕਰਾਂਗੇ। ਫਿਰ ਸਾਨੂੰ ਸਾਡਾ ਮਾਲਕ ਸਾਨੂੰ, ਅਸੀਂ ਮਨ ਮਾਲਕ ਨੂੰ ਭਾ ਜਾਵਾਂਗੇ, ਚੰਗੇ ਲੱਗਾਂਗੇ। ਇਹੀ ਮਕਸਦ ਰੱਖ ਕੇ ਆਪਾਂ ਸਿਮਰਨ ਕਰਦੇ ਹਾਂ। ਆਓ ਗੁਰਮੁਖ ਪਿਆਰਿਓ, ਸਮਾਂ ਕਾਫੀ ਹੋ ਗਿਆ ਅੱਜ, ਆਓ ਉਸ ਪਰਵਰਦਿਗਾਰ ਦਾ ਜਿਹਨੂੰ ਮਿਲਣ ਵਾਸਤੇ ਤੁਸੀਂ ਸੰਗਤ ਕਰਨ ਆਉਂਦੇ ਹੋ, ਦੂਰੋਂ ਦੂਰੋਂ ਆਉਂਦੇ ਹੋ, ਉਹਨੂੰ ਮਿਲਣ ਵਾਸਤੇ ਆਪਾਂ ਮਨ ਨੂੰ ਸਾਫ਼ ਕਰੀਏ, ਆਪਾਂ ਮਾਲਕ ਨੂੰ ਆਵਾਜ਼ ਮਾਰੀਏ। ਹਾਂਜੀ, ਜੋ ਮਾਲਕ ਦਾ ਨਾਂ ਰੱਖਿਆ ਵਾਹਿਗੁਰੂ, ਕੀ ਨਾਂ ਰੱਖਿਆ ਜੀ, ਵਾਹ, ਜਿਵੇਂ ਪਿਤਾ ਦਾ ਨਾਂ ਰੱਖਿਆ ਡੈਡੀ, ਡੈ ਡੀ ਪਾ ਪਾ, ਦੋਹਰੀ ਕਹਿੰਦੇ ਹਾਂ ਪਾ ਪਾ ਡੈ ਡੀ, ਇਸੇ ਤਰ੍ਹਾਂ ਆਪਾਂ ਕਹਿੰਦੇ ਹਾਂ ਵਾਹਿਗੁਰੂ, ਵਾਹਿਗੁਰੂ। ਜਦੋਂ ਅਸੀਂ ਕਹਿੰਦੇ ਹਾਂ ਵਾਹਿਗੁਰੂ, ਸਮਝ ਲਓ ਆਪਾਂ ਉਹਨੂੰ ਕਹਿ ਰਹੇ ਹਾਂ ਡੈ ਡੀ ਪਾ ਪਾ। ਆਓ ਫਿਰ ਉਹਨੂੰ ਆਵਾਜ਼ ਮਾਰੀਏ ਸਾਰੇ ਜਾਣੇ ਪਿਆਰ ਵਿੱਚ। ਅਤੇ ਜਦੋਂ ਬੱਚਾ ਪਿਆਰ ਨਾਲ ਕਹਿੰਦਾ ਨਾ ਡੈਡੀ ਡੈਡੀ, ਹੈ ਨਾ, ਡੈਡੀ ਜੀ ਡੈਡੀ ਜੀ, ਅਤੇ ਉਹ ਫਿਰ ਪੁੱਛਦਾ, ਪਿਤਾ ਚੱਕ ਕੇ ਪੁੱਛਦਾ, ਛਾਲ ਕੇ ਹਿੱਕ ਨਾਲ ਲਾ ਕੇ ਪੁੱਛਦਾ, ਪੁੱਤ ਕੀ ਚਾਹੀਦਾ। ਪਤਾ ਹੁੰਦਾ ਪਿਤਾ ਨੂੰ ਵੀ ਪਿਆਰ 'ਚ ਐਵੇਂ ਨਹੀਂ ਬੋਲਦਾ ਕੋਈ ਮੰਗੇਗਾ, ਹੈ ਨਾ। ਅਤੇ ਉਹ ਫਿਰ ਦ੍ਰਿਸ਼ਮਾਨ ਪਿਤਾ ਪੁੱਛਦਾ ਕੀ ਚਾਹੀਦਾ, ਉਹ ਕਹਿੰਦਾ ਡੈਡੀ ਮੈਨੂੰ ਸਾਈਕਲ ਹੀ ਲੈ। ਫਿਰ ਪੁੱਤ ਉਸੇ ਟਾਈਮ, ਪਿਓ ਉਸੇ ਟਾਈਮ ਉਹਨੂੰ ਕਹਿੰਦਾ ਚੱਲ ਫਿਰ ਸ਼ਹਿਰ ਚੱਲਦੇ ਹਾਂ, ਉਦੋਂ ਹੀ ਲੈ ਦਿੰਦਾ। ਇਹ ਪਿਆਰ ਆ। ਅਤੇ ਇੱਧਰ ਜਦੋਂ ਆਪਾਂ ਪਿਆਰ ਨਾਲ ਕਹਾਂਗੇ ਡੈਡੀ ਡੈਡੀ ਵਾਹਿਗੁਰੂ, ਅਤੇ ਉਹ ਵੀ ਪੁੱਛੇਗਾ ਫਿਰ ਕੀ ਚਾਹੀਦਾ ਪੁੱਤ। ਅਤੇ ਫਿਰ ਆਪਾਂ ਨੂੰ ਸਾਰਿਆਂ ਨੂੰ ਪਤਾ ਨਾ ਵੀ ਆਪਾਂ ਕਿਹੜਾ ਸਾਈਕਲ ਮੰਗਣਾ, ਨਾਮ ਕਿਹੜਾ ਮੰਗਣਾ ਜੀ, ਨਾਮ ਮੰਗਣਾ। ਬਸ ਆਓ ਫਿਰ ਪਿਆਰ ਦੇ ਨਾਲ ਮਾਲਕ ਨੂੰ ਆਪਾਂ ਸਾਰੇ ਜਾਣੇ ਪਾਪਾ ਪਾਪਾ ਕਹੀਏ, ਡੈਡੀ ਡੈਡੀ ਕਹੀਏ। ਕਰੋ ਸ਼ੁਰੂ ਜੀ, ਵਾਹਿਗੁਰੂ 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 ਵਾਹਿਗੁਰੂ।